ਹੈਲੋ ਜੀ, ਸਤਿ ਸ਼੍ਰੀ ਅਕਾਲ। ਕਿਵੇਂ ਤੁਸੀਂ ਸਾਰੇ ਜਾਣੇ? ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ। ਹਾਂਜੀ, ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ, ਸਨਾਟਾ ਸਿਲਕ ਦੇ ਸੂਟਸ ਰਹਿਣਗੇ ਅਤੇ ਨਾਲ ਟੈਬੀ ਦੇ ਲਾਈਨ ਵਾਲੇ ਦੁਪੱਟੇ ਰਹਿਣਗੇ। ਠੀਕ ਹੈ ਜੀ, ਪ੍ਰਿੰਟਡ ਦੁਪੱਟੇ ਲੈ ਆਏ ਹੈ, ਬਿਲਕੁਲ ਨਿਊ ਕਨਸੈਪਟ ਹੈ। ਠੀਕ ਹੈ, ਇਸ ਤਰ੍ਹਾਂ ਦੇ ਨਾਲ ਇਹ ਵਾਲੇ ਦੁਪੱਟੇ ਆ ਜਿਹੜੇ ਖੁੱਲ੍ਹੇ ਡੁੱਲੇ ਦੁਪੱਟੇ ਰਹਿਣਗੇ। ਠੀਕ ਹੈ, ਇਹਨਾਂ ਦੇ ਵਿੱਚੋਂ ਤੁਸੀਂ ਕੀ ਹੈ ਸੂਟਸ ਦੀ ਐਮਬਰੋਇਡਰੀ ਵੀ ਕਰਵਾ ਸਕਦੇ ਹੋ। ਡਿਜ਼ਾਈਨ ਹੈ ਜਿਹੜਾ ਆਪਾਂ ਤੁਹਾਡੇ ਦੁਪੱਟੇ ਦੇ ਵਿੱਚੋਂ ਉਠਾ ਲਵਾਂਗੇ। ਠੀਕ ਹੈ, ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਸੀਂ ਫਲਾਰ ਹੈਗਾ ਉਹ ਆਪਣੇ ਸੂਟ ਤੇ ਬਣਵਾ ਸਕਦੇ ਹੋ। ਔਰ ਇਸ ਤਰ੍ਹਾਂ ਦੇ ਨਾਲ ਪ੍ਰਿੰਟਡ ਦੁਪੱਟਾ ਲੈ ਕੇ ਤੁਸੀਂ ਕੀ ਆਪਣੇ ਸੂਟ ਨੂੰ ਜਸਟ ਲੇਸਿਸ ਦੇ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ। ਚੀਜ਼ਾਂ ਨੂੰ ਤੁਸੀਂ ਆਪਣੀ ਬਜਟ ਦੇ ਅਕੋਰਡਿੰਗ ਕਰਨਾ। ਤਾਂ ਫਸਟ ਵਾਲਾ ਕਲਰ ਹੈ ਜਿਹੜਾ ਇਹ ਵਾਲਾ, ਇਸ ਤਰ੍ਹਾਂ ਦੇ ਨਾਲ ਵਿਦਆਊਟ ਲਾਈਨਿੰਗ ਬਣਨ ਵਾਲਾ ਸਟੱਫ ਹੁੰਦਾ ਹੈ। ਤੁਸੀਂ ਵਿਦਆਊਟ ਲਾਈਨਿੰਗ ਵੀ ਬਣਵਾ ਸਕਦੇ ਹੋ, ਵਿਦ ਲਾਈਨਿੰਗ ਵੀ ਬਣਾ ਸਕਦੇ ਹੋ। ਸੈਕਿੰਡ ਕਲਰ ਰਹਿਣਾ, ਸਾਰੇ ਕਲਰ ਬਹੁਤ ਨਿਊ ਨੇ ਅਤੇ ਯੂਨੀਕ ਜਿਹੇ ਸ਼ੇਡਸ ਨੇ ਸਾਰੇ, ਇਸ ਤਰ੍ਹਾਂ ਦੇ ਨਾਲ। ਇਹ ਨਾਲ ਰਹੇਗਾ ਜੀ ਮਸਲਿਨ ਦਾ ਦੁਪੱਟਾ, ਪ੍ਰਿੰਟਡ ਦੁਪੱਟਾ, ਪਲੇਨ ਸੂਟ। ਤੁਸੀਂ ਸਾਡੇ ਤੋਂ ਐਜ ਇਟ ਇਜ਼ ਵੀ ਲੈ ਸਕਦੇ ਹੋ ਜੀ, ਐਮਬਰੋਇਡਰੀ ਕਰਵਾ ਕੇ ਵੀ ਲੈ ਸਕਦੇ ਹੋ। ਹਾਂਜੀ, ਅੱਗੇ ਵਾਲਾ ਸੂਟ ਹੈ, ਪੀਚ ਕਲਰ ਦੇ ਵਿੱਚ ਹੈ। ਇਸ ਤਰ੍ਹਾਂ ਦੇ ਨਾਲ ਦੁਪੱਟੇ ਦੀ ਪ੍ਰਿੰਟਿੰਗ ਰਹੇਗੀ। ਠੀਕ ਹੈ ਜੀ, ਇਹ ਮੈਚਿੰਗ ਹੈ ਤੁਹਾਡੇ ਸੂਟ ਦੀ। ਇਹ ਤੁਹਾਨੂੰ ਸੂਟ ਹੈਗਾ ਜਿਹੜਾ 5 ਮੀਟਰ ਮਿਲੇਗਾ, ਨਾਲ ਤੁਹਾਨੂੰ 2.5 ਮੀਟਰ ਦਾ ਦੁਪੱਟਾ ਮਿਲੇਗਾ। ਪ੍ਰਾਈਸ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੋਵੇਗਾ। ਜੇ ਤੁਸੀਂ ਕਿਸੇ ਵੀ ਸੂਟ ਦੀ ਬੁਕਿੰਗ ਕਰਵਾਉਣੀ ਹੈ, ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ। ਹਾਂਜੀ, ਨੈਕਸਟ ਇਹ ਵਾਲਾ ਕਲਰ ਹੈ ਮਹਿੰਦੀ ਟੋਨ ਦੇ ਵਿੱਚ, ਗਰੇਸਫੁਲ ਸਟਾਫ ਹੈ ਜੀ। ਫੰਕਸ਼ਨਲ ਆਈਟਮ ਤੁਸੀਂ ਇਸ 'ਤੇ ਰੈਡੀ ਕਰਵਾ ਸਕਦੇ ਹੋ। ਠੀਕ ਹੈ, ਇਸ ਤਰ੍ਹਾਂ ਦੇ ਨਾਲ ਇਹ ਵਾਲਾ ਪ੍ਰਿੰਟਡ ਦੁਪੱਟਾ। ਨੈਕਸਟ ਇਹ ਬਹੁਤ ਹੀ ਪਿਆਰਾ ਪੈਰਟ ਸ਼ੇਡ, ਬਹੁਤ ਹੀ ਜ਼ਿਆਦਾ ਪਿਆਰਾ ਸ਼ੇਡ ਹੈ। ਇਸ ਦੇ ਨਾਲ ਇਹ ਵਾਲਾ ਰਹੇਗਾ ਦੁਪੱਟਾ। ਜੋ ਕਲਰਸ ਤੁਹਾਡੇ ਦੁਪੱਟੇ ਦੇ ਵਿੱਚ ਲੱਗੇ ਹੋਏ ਆ ਸਾਰੇ ਸੇਮ ਤੁਹਾਡੇ ਸੂਟ ਦੀ ਐਮਬਰੋਇਡਰੀ ਦੇ ਵਿੱਚ ਆ ਜਾਣੇ ਆ। ਹਾਂਜੀ, ਨੈਕਸਟ ਇਹ ਵਾਲਾ ਸੂਟ ਹੈ ਮਹਿਰੂਨ, ਚੈਰੀ ਮਹਿਰੂਨ ਸ਼ੇਡ, ਨਾਲ ਇਹ ਵਾਲਾ ਰਹਿਣਾ ਜੀ ਦੁਪੱਟਾ। ਇਹ ਟੈਬੀ ਲਾਈਨਿੰਗ ਦਾ ਦੁਪੱਟਾ, ਇੱਕ ਹੀ ਮਸਲੀਨ ਦੁਪੱਟੇ ਵਾਲਾ ਸੂਟ ਆਇਆ, ਬਾਕੀ ਸਾਰੇ ਟੈਬੀ ਲਾਈਨਿੰਗ ਵਾਲੇ ਆ। ਇਸ ਤਰ੍ਹਾਂ ਦੇ ਨਾਲ ਇਸਦੇ ਦੁਪੱਟੇ ਦਾ ਪ੍ਰਿੰਟ ਰਹੇਗਾ। ਦੁਪੱਟੇ ਦੇ ਵਿੱਚ ਜਿਹੜਾ ਬਾਕੀ ਕਲਰ ਲਾਈਟ ਹੈ ਜੀ, ਇਸ ਤਰ੍ਹਾਂ ਦੇ ਨਾਲ ਇਸਦੇ ਫਲਾਰ ਦੇ ਵਿੱਚ ਚੈਰੀ ਮਹਿਰੂਨ ਕਲਰ ਆ ਰਿਹਾ। ਹਾਂਜੀ, ਤੇ ਇਹ ਹੈ ਚਨਾਨ ਦੀ ਸ਼ਰਟ ਰੈਡ ਕਲਰ ਦੇ ਵਿੱਚ, ਇਸ ਤਰ੍ਹਾਂ ਦੇ ਨਾਲ ਉੱਪਰ ਬਲੌਕ ਪ੍ਰਿੰਟ ਬਣਿਆ ਹੋਇਆ। ਇਹ ਤੁਹਾਡੇ ਆਫਟਰ ਮੈਰਿਜ ਵੇਅਰ ਕਰਨ ਦੇ ਲਈ ਬਹੁਤ ਸੋਹਣਾ ਸੂਟ ਬਣਨਾ ਹੈ। ਨਾਲ ਹੈ ਆਪਣੀ ਟਿਸ਼ੂ ਸ਼ਿਮਰ ਦੀ ਬੋਟਮ, ਇਸ ਤਰ੍ਹਾਂ ਦੇ ਨਾਲ। ਠੀਕ ਹੈ ਜੀ, ਦੁਪੱਟਾ ਤੁਸੀਂ ਰੈੱਡ ਕਲਰ ਦਾ ਲੈ ਸਕਦੇ ਹੋ, ਨਾਲ ਤੁਸੀਂ ਗੋਲਡਨ ਕਲਰ ਦੀ ਕੋਈ ਵੀ ਸੋਹਣੀ ਜਿਹੀ ਲੇਸ ਲਗਾ ਕੇ ਡਿਜ਼ਾਈਨਿੰਗ ਕਰ ਸਕਦੇ ਹੋ ਇਸ ਸੂਟ ਦੀ। ਇਸ ਦੇ ਵਿੱਚ ਇੱਕ ਕਲਰ ਹੋਰ ਆਪਾਂ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ। ਹਾਂਜੀ, ਨੈਕਸਟ ਇਹਦੇ ਵਿੱਚ ਇਹ ਕਲਰ ਹੈਗਾ ਇੱਕ ਨੇਵੀ ਬਲੂ ਸ਼ੇਡ। ਠੀਕ ਹੈ, ਚਨੌਨ ਦੀ ਸ਼ਰਟ ਰਹੇਗੀ,
ਟਿਸ਼ੂ ਸ਼ਿਮਰ ਦਾ ਦੁਪੱਟਾ ਰਹੇਗਾ ਇਸ ਤਰ੍ਹਾਂ ਦੇ ਨਾਲ, ਸਾਰੇ ਦੇ ਵਿੱਚ ਬਲੌਕ ਪ੍ਰਿੰਟ ਬਣਿਆ ਹੋਇਆ। ਜਦੋਂ ਤੁਸੀਂ ਦੂਰੋਂ ਦੇਖਦੇ ਹੋ ਤਾਂ ਇਸ ਤਰ੍ਹਾਂ ਲੱਗਦਾ ਕਿ ਜਿੱਦਾਂ ਇਹਦੇ ਵਿੱਚ ਐਮਬਰੋਇਡਰੀ ਹੁੰਦੀ ਹੈ, ਤਾਂ ਲੁੱਕ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ। ਇਸ ਲਈ ਆਪਾਂ ਤੁਹਾਨੂੰ ਕਹਿ ਰਹੇ ਹਾਂ ਕਿ ਅਗਰ ਤੁਸੀਂ ਫੰਕਸ਼ਨ ਤੁਹਾਡਾ ਕੋਈ ਵੀ ਮੈਰਿਜ ਤੋਂ ਬਾਅਦ ਦੇ ਵਿੱਚ ਤੁਸੀਂ ਵਾਲਾ ਸੂਟ ਵੇਅਰ ਕਰਨਾ ਤਾਂ ਤੁਹਾਡੇ ਲਈ ਬਹੁਤ ਵਧੀਆ। ਇਹ ਤੁਹਾਡੀ ਨਾਲ ਬੋਟਮ ਰਹੇਗੀ ਗੋਲਡਨ ਕਲਰ ਦੀ, ਠੀਕ ਹੈ ਜੀ। ਠੀਕ ਹੈ ਜੀ, ਅੱਜ ਆਪਾਂ ਤੁਹਾਡੇ ਲਈ ਇਹ ਛੋਟੀ ਜਿਹੀ ਵੀਡੀਓ ਲੈ ਕੇ ਆਏ ਹਾਂ। ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ, ਦੈਨ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਵਟਸਐਪ ਮੈਸੇਜ ਕਰ ਦੇਣਾ। ਫਿਰ ਮਿਲਾਂਗੇ ਆਪਾਂ ਤੁਹਾਨੂੰ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ। ਤਦ ਤੱਕ ਤੁਸੀਂ ਇਹਨਾਂ ਦੇ ਆਰਡਰਸ ਕਰੋ ਬੁੱਕ।